ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਹਾਦਰਨਾ ਤੁਹਾਡੇ ਸਾਹਮਣੇ ਸਾਇੰਸ ਐਂਡ ਟੈਕਨੋਲੋਜੀ ਦੀ ਸੈਕੰਡ ਐਮਸੀਕਿਊ ਕਲਾਸ ਲੈ ਕੇ। ਉਸ ਤੋਂ ਪਹਿਲਾਂ ਇੱਕ ਕਲਾਸ ਆਪਾਂ ਕਵਰ ਕਰ ਚੁੱਕੇ ਹਾਂ ਜਿਸ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਕਰਵਾਏ ਸੀ। ਆਈ ਹੋਪ ਤੁਸੀਂ ਉਹ ਵਿਜ਼ਿਟ ਕਰ ਲਿਓ ਹੋਵੇਗੀ ਤੇ ਰਾਈਟ ਡਾਉਨ ਵੀ ਜ਼ਰੂਰ ਕਰ ਲਿਓ ਹੋਵੇਗੇ। ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਸਭ ਤੋਂ ਪਹਿਲਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ। ਬਿਜਲੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਯਾਨੀ ਫਾਦਰ ਆਫ ਇਲੈਕਟ੍ਰਿਸਿਟੀ ਜਿਸ ਨੇ ਇਲੈਕਟ੍ਰਿਸਿਟੀ ਦੀ ਖੋਜ ਕੀਤੀ ਸੀ। ਉਹ ਕਿਸ ਨੂੰ ਕਿਹਾ ਜਾਂਦਾ ਠੀਕ ਹੈ ਜਦ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਕੁਸਚਨ ਵੀ ਫਾਊਂਡਰ ਕੌਣ ਸੀ ਇਲੈਕਟ੍ਰਿਸਿਟੀ ਦਾ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਜੇ ਤੁਹਾਨੂੰ ਸਵਾਲ ਦਾ ਜਵਾਬ ਪਤਾ ਹੈ ਤਾਂ ਵੀਡੀਓ ਵਿੱਚ ਫਟਾਫਟ ਕਮੈਂਟ ਕਰ ਦਿਓ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਆਪਸ਼ਨ ਨੰਬਰ ਏ ਮਿਕੇਲ ਫਰਾਡੇ ਆਪਸ਼ਨ ਨੰਬਰ ਬੀ ਅਲੈਗਜ਼ੈਂਡਰਾ ਗ੍ਰਾਮ ਆਪਸ਼ਨ ਨੰਬਰ ਸੀ ਫ੍ਰੈਂਕਲਿਨ ਜਾਂ ਆਪਸ਼ਨ ਨੰਬਰ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇ ਆ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਮਿਕੇਲ ਫਰਾਡੇ ਨੇ ਨੂੰ ਕਿਤਾਬ ਦਿੱਤਾ ਗਿਆ ਹੈ ਫਾਦਰ ਆਫ ਇਲੈਕਟ੍ਰਿਸਿਟੀ ਦਾ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਡੈਸ਼ ਗੈਸ ਵਾਯੂ ਮੰਡਲ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਮਤਲਬ ਬਾਇਓ ਮੰਡਲ ਵਿੱਚ ਗੈਸ ਕਿਹੜੀ ਗੈਸ ਹੈ ਜਿਹੜੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਆਪਰੇ ਤੁਹਾਡੇ ਸਾਹਮਣੇ ਨੇ ਜੇ ਤੁਹਾਨੂੰ ਸਵਾਲ ਦਾ ਆਨਸਰ ਪਤਾ ਹੈ ਤਾਂ ਫਟਾਫਟ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿੱਤਾ ਕਰੋ ਓਕੇ ਤੇ ਆਪਸ਼ਨ ਨੰਬਰ A ਆਕਸੀਜਨ ਆਪਸ਼ਨ ਨੰਬਰ B ਨਾਈਟ੍ਰੋਜਨ ਆਪਸ਼ਨ ਨੰਬਰ C ਕਾਰਬਨ ਆਪਸ਼ਨ ਨੰਬਰ D ਆਰਗਨ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ অপਸ਼ਨ ਨੰਬਰ ਬੀ ਨਾਈਟ੍ਰੋਜਨ ਦੀ ਮਾਤਰਾ ਹੈ ਜਿਹੜੀ ਆਪਣੇ ਬਾਇਓਮੰਡਲ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਹੈ ਤੇ ਇਹ ਚੀਜ਼ ਵੀ ਤੁਸੀਂ ਯਾਦ ਰੱਖੋ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਏ ਜਾਂਦੇ ਨੇ ਕਿਸੇ ਵੀ ਗੈਸ ਦੀ ਪਰਸੈਂਟੇਜ ਪੁੱਛ ਲੈਂਦੇ ਨੇ ਕਿ ਕਿੰਨੇ ਪਰਸੈਂਟ ਹੈ ਜਿਵੇਂ ਨਾਈਟ੍ਰੋਜਨ ਦੇ ਇੱਥੇ ਆਪਾਂ ਚੈੱਕ ਕਰ ਸਕਦੇ 78% ਐ ਇਗਜ਼ਾਮ ਵਿੱਚ ਜੇ ਕੁਐਸਚਨ ਪੁੱਛਦਾ ਹੈ ਕਿ ਨਾਈਟ੍ਰੋਜਨ ਗੈਸ ਦੀ ਕਿੰਨੀ ਮਾਤਰਾ ਹੈ ਬਾਇਓਮੰਡਲ ਵਿੱਚ ਤਾਂ ਯਾਦ ਰੱਖੋ 78% ਜੇ ਆਕਸੀਜਨ ਦੀ ਪੁੱਛ ਲੈਂਦੇ ਆ ਤਾਂ 21% ਹੈ ਤੇ ਆਰਗਨ ਦੀ ਪੁੱਛ ਲੈਂਦੇ ਨੇ ਦਾ 0.9% ਹੈ ਠੀਕ ਹੈ ਇਹ ਵੀ ਚੀਜ਼ ਯਾਦ ਰੱਖਿਓ ਕਾਫੀ ਇੰਪੋਰਟੈਂਟ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਕਿਹੜੇ ਬਲੱਡ ਗਰੁੱਪ ਨੂੰ ਸਰਵ ਵਿਆਪੀ ਬਲੱਡ ਗਰੁੱਪ ਵਜੋਂ ਜਾਣਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਏਬੀ ਗਰੁੱਪ ਏ ਗਰੁੱਪ ਬੀ ਗਰੁੱਪ ਜਾਂ ਓ ਗਰੁੱਪ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਡੀ ਓ ਗਰੁੱਪ ਹੈ ਜਿਹੜਾ ਇਹ ਇਹ ਸਰਵ ਵਿਆਪੀ ਬਲੱਡ ਗਰੁੱਪ ਹੈ ਮਤਲਬ ਇਹ ਕਿਸੇ ਵੀ ਗਰੁੱਪ ਦੇ ਖੂਨ ਦੇ ਗਰੁੱਪ ਦੇ ਬੰਦੇ ਨੂੰ ਚੜ ਵੀ ਸਕਦਾ ਹੈ ਤੇ ਲੈ ਵੀ ਸਕਦਾ ਹੈ ਜਿਵੇਂ ਕਿ ਐਗਜ਼ੈਂਪਲ ਦੇ ਤੌਰ ਤੇ ਮੇਰਾ ਬਲੱਡ ਗਰੁੱਪ O ਗਰੁੱਪ ਹੈ ਹੁਣ ਮੈਂ ਕਿਸੇ ਨੂੰ ਖੂਨ ਦੇ ਵੀ ਸਕਦਾ ਕੋਈ ਵੀ ਗਰੁੱਪ ਨੂੰ ਖੂਨ ਦੇ ਵੀ ਸਕਦਾ ਤੇ ਕੋਈ ਵੀ ਗਰੁੱਪ ਦਾ ਖੂਨ ਮੇਰੀ ਬਾਡੀ ਵਿੱਚ ਚੜ ਵੀ ਸਕਦਾ ਠੀਕ ਹੈ ਇਸ ਨੂੰ ਸਰਵ ਵਿਆਪੀ ਬਲੱਡ ਗਰੁੱਪ ਕਿਹਾ ਜਾਂਦਾ ਤੇ ਕਈ ਵਾਰ ਐਗਜ਼ੈਂਪਲ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਜਿਹੜੇ ਗਰੁੱਪਸ ਨੇ ਇਹ ਬਲੱਡ ਗਰੁੱਪਸ ਨੇ ਇਸ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਯਾਦ ਰੱਖੋ ਕਾਰਲ ਲੈਂਨਸਟ੍ਰੀਨਰ ਦੁਆਰਾ ਇਹ ਕੀਤੀ ਗਈ ਸੀ ਤੇ ਕਦੋਂ ਕੀਤੀ ਗਈ ਸੀ 19वीं सदी ਵਿੱਚ ਇਹ ਕੀਤੀ ਗਈ ਸੀ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਭਾਫ਼ ਇੰਜਣ ਦਾ ਸੰਸਥਾਪਕ ਕਹਿੰਦੇ ਫਾਊਂਡਰ ਯਾਨੀ ਖੋਜ ਕਰਤਾ ਕੌਣ ਹੈ ਠੀਕ ਹੈ অপਸ਼ਨ ਤੁਹਾਡੇ ਸਾਹਮਣੇ ਨੇ A थॉमस ओब्रे B एडवर्ड जेनर C कार्लसवर्ग ਤੇ D ਗ੍ਰਾਮਬੈਲ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਜਾਏ অপਸ਼ਨ ਨੰਬਰ A थॉमस सेवर सेवरी ਇਹ ਇਸ ਦਾ ਰਾਈਟ ਆਨਸਰ ਹੈ ओके द फर्स्ट इंजन ਦੀ ਖੋਜ ਕਦੋਂ ਹੋਈ ਸੀ 1900 سوری 1698 ਇਸ ਵੀ ਵਿੱਚ ਉਮਸ ਦੁਆਰਾ ਕਿੱਥੀ ਗਈ ਸੀ ਯਾਦ ਰੱਖਿਓ ਵੀ ਪੁਆਇੰਟ ਇਗਜ਼ਾਮ ਵਿੱਚ ਕਾਫੀ ਵਾਰ ਬਣ ਚੁੱਕਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਬਿਜਲੀ ਕਰੰਟ ਦੀ SI ਇਕਾਈ ਕੀ ਹੈ ਮਤਲਬ ਕਿ ਯੂਨਿਟ ਕੀ ਹੈ ਕਿਸ ਯੂਨਿਟ ਵਿੱਚ ਮਾਪੀ ਜਾਂਦੀ ਹੈ ਬਿਜਲੀ ਦੀ ਤਾਂ ਐਂਪੀਅਰ ਵਿੱਚ ਮਾਪੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਨੇ ਆ ਕਿ ਕਿੰਨੀ ਐਂਪੀਅਰ ਕਰੰਟ ਆ ਰਿਹਾ ਹੈ ਹੈਨਾ ਤਾਂ ਯਾਦ ਰੱਖੋ ਜਿਹੜੀ ਬਿਜਲੀ ਦਾ ਕਰੰਟ ਆ ਉਹ ਐਂਪੀਅਰ ਵਿੱਚ ਮਾਪੀ ਜਾਂਦੀ ਹੈ ਇਸ ਦੀ SI ਇਕਾਈ ਕੀ ਹੈ ਐਂਪੀਅਰ ਹੁੰਦੀ ਹੈ ਠੀਕ ਹੈ ਇਗਜ਼ਾਮ ਵਿੱਚ ਬਹੁਤ ਵਾਰ ਬਣ ਇਹ ਵੀ ਕੁਐਸਚਨ ਕਵਸਚਨ ਨੰਬਰ 6 ਦੀ ਗੱਲ ਕਰੀਏ ਮਨੁੱਖੀ ਦਿਲ ਵਿੱਚ ਕਿੰਨੇ ਚੈਂਬਰ ਹੁੰਦੇ ਨੇ ਤਾਂ ਯਾਦ ਰੱਖ ਮਨੁੱਖੀ ਦਿਲ ਵਿੱਚ ਦੋ ਚੈਂਬਰ ਹੁੰਦੇ ਨੇ ਅਪਰ ਤੇ ਲੋਅਰ ਠੀਕ ਹੈ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਗਿਆ ਕਿ ਡੱਡੂ ਹੁੰਦੇ ਨੇ ਜਿਹੜੇ ਫਰੌਗ ਹੁੰਦੇ ਨੇ ਨਾ ਉਹਨਾਂ ਦੇ ਦਿਲ ਵਿੱਚ ਕਿੰਨੇ ਚੈਂਬਰ ਹੁੰਦੇ ਨੇ ਤਾਂ ਯਾਦ ਰੱਖ ਉਹਨਾਂ ਦੇ ਦਿਲ ਵਿੱਚ ਤਿੰਨ ਚੈਂਬਰ ਹੁੰਦੇ ਨੇ ਤੇ ਕਈ ਵਾਰ ਇਗਜ਼ਾਮ ਵਿੱਚ ਕੋਕਰੈਚ ਦੇ ਹਾਰਟ ਬਾਰੇ ਵੀ ਪੁੱਛ ਲਿਆ ਗਿਆ ਠੀਕ ਹੈ ਕਾਫੀ ਡੀਪ ਜਾਂਦੇ ਨੇ ਜਿਹੜੇ ਕੁਐਸਚਨ ਔਰ ਨਾਲ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਕੋਕਰੇਜ ਦੇ ਹਾਰਟ ਵਿੱਚ ਕਿੰਨੇ ਚੈਂਬਰ ਹੁੰਦੇ ਨੇ 13 ਚੈਂਬਰ ਹੁੰਦੇ ਨੇ ਇਹ ਪੁਆਇੰਟ ਵੀ ਤੁਸੀਂ ਅੱਧ ਰੱਖਿਓ ਕਾਫੀ ਇੰਪੋਰਟੈਂਟ ਪੁਆਇੰਟ ਨੇ ਓਕੇ ਕੁਐਸਚਨ ਨੰਬਰ 7 ਦੀ ਗੱਲ ਕਰੀਏ ਡੈਸ਼ ਡਿਵਾਈਸ ਬਾਇਓਮੰਡਲ ਦੀ ਨਮੀ ਨੂੰ ਮਾਪਣ ਲਈ ਲੋੜ ਹੈ ਮਤਲਬ ਕਿ ਬਾਇਓਮੰਡਲ ਦੀ ਨਮੀ ਨੂੰ ਮਾਪਣ ਲਈ ਕਿਹੜੇ ਉਪਕਰਣ ਜਾਂ ਕਿਹੜੇ ਡਿਵਾਈਸ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ A ਬੈਰੋਮੀਟਰ ਦੁਆਰਾ ਬਾਇਓਮੰਡਲ ਦੀ ਨਮੀ ਨੂੰ ਮਾਪਿਆ ਜਾਂਦਾ ਹੈ ਠੀਕ ਹੈ ਕਵੈਸਚਨ ਨੰਬਰ 8 ਦੀ ਗੱਲ ਕਰੀਏ ਦਬਾਅ ਯਾਨੀ ਪ੍ਰੈਸ਼ਰ ਨੂੰ ਮਾਪਣ ਦੀ ਐਸ ਆਈ ਯੂਨਿਟ ਯਾਨੀ ਐਸ ਆਈ ਇਕਾਈ ਕੀ ਹੈ ਮਤਲਬ ਕਿ ਜਿਹੜਾ ਦਾਬ ਹੁੰਦਾ ਦਬਾਅ ਹੁੰਦਾ ਉਸ ਨੂੰ ਆਪਾਂ ਕਿਸ ਇਕਾਈ ਦੇ ਥਰੂ ਮਾਪਦੇ ਆ ਤਾਂ ਯਾਦ ਰੱਖਿਓ ਪਾਸਕਲ ਦੇ ਥਰੂ ਦਬਾਅ ਨੂੰ ਮਾਪਣ ਦੀ ਇਕਾਈ ਹੈ ਪਾਸਕਲ ਹੈ ਜਿਹੜੀ ਇਹ ਦਬਾਅ ਦੀ ਪਾਸ ਆਈ ਐਸ ਯਾਨੀ ਯੂਨਟ ਹੈ ਠੀਕ ਹੈ ਕਵੈਸਚਨ ਨੰਬਰ 9 ਦੀ ਗੱਲ ਕਰੀਏ ਡੈਸ਼ ਸੋਰ ਮੰਡਲ ਦਾ ਸਭ ਤੋਂ ਵੱਡਾ ਕਿਹੜਾ ਸੋਰ ਮੰਡਲ ਦਾ ਸਭ ਤੋਂ ਵੱਡਾ ਹੈ ਆਪਸ਼ਨ ਨੰਬਰ ਏ ਅਰਥ ਆਪਸ਼ਨ ਨੰਬਰ 20 ਸਨ ਆਪਸ਼ਨ ਨੰਬਰ ਸੀ ਜੂਪੀਟਰ ਆਪਸ਼ਨ ਨੰਬਰ ਡੀ ਸਨੀ ਇਹਨਾਂ ਵਿੱਚੋਂ ਕਿਹੜਾ ਹੈ ਆਈ ਹੋਪ ਤੋਂ ਈਜ਼ੀ ਕੁਐਸਚਨ ਹੈ ਤੁਹਾਨੂੰ ਇਸ ਦਾ ਆਨਸਰ ਵੀ ਜ਼ਰੂਰ ਪਤਾ ਹੋਵੇਗਾ ਜੇ ਪਤਾ ਹੈ ਤਾਂ ਪੱਕਾ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਬਟ ਇਸ ਦਾ ਰਾਈਟ ਆਨਸਰ ਮੈਂ ਤੁਹਾਨੂੰ ਦੱਸ ਦਿੰਦਾ ਇਸ ਦਾ ਰਾਈਟ ਆਨਸਰ ਹੈ ਜਿਹੜਾ ਉਹ ਸੀ ਜੂਪੀਟਰ ਯਾਨੀ ਬ੍ਰਹਿਸਪਤੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਇਹ ਯਾਦ ਰੱਖਿਓ ਮਰਕਰੀ ਯਾਨੀ ਬੁੱਧ ਬੁੱਧ ਗ੍ਰਹਿ ਜਿਹੜਾ ਇਹ ਸਭ ਤੋਂ ਸਮਾਲੈਸਟ ਗ੍ਰਹਿ ਹੈ ਆਪਣੇ ਸੌਰ ਮੰਡਲ ਦਾ ਤੇ ਇਸ ਤੋਂ ਇਲਾਵਾ ਕਵੈਸਚਨ ਨੰਬਰ ਆਪਾਂ 3 ਦੀ ਗੱਲ ਕਰੀਏ ਕਵੈਸਚਨ ਨੰਬਰ 10 ਦੀ ਗੱਲ ਕਰੀਏ ਸਾਡੇ ਸੂਰਮੰਡਲ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਆ ਯਾਦ ਰੱਖਿਓ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਸ਼ੁਕਰਗ੍ਰਹਿ ਹੈ ਜਿਹੜਾ ਸਭ ਤੋਂ ਗਰਮ ਗ੍ਰਹਿ ਮੰਨਿਆ ਜਾਂਦਾ ਆਪਣੇ ਸੂਰਮੰਡਲ ਦਾ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਠੰਡਾ ਗ੍ਰਹਿ ਕਿਹੜਾ ਹੈ ਤਾਂ ਯੂਰੇਨੀਅਸ ਯਾਨੀ ਅਰੂਨ ਗ੍ਰਹਿ ਯੂਰੇਨੀਅਸ ਨੂੰ ਆਪਾਂ ਕਹਿ ਦਿੰਨੇ ਆ ਇਹ ਸਭ ਤੋਂ ਠੰਡਾ ਗ੍ਰਹਿ ਹੈ ਕਵੈਸਚਨ ਨੰਬਰ 11 ਦੀ ਗੱਲ ਕਰੀਏ ਭਾਰਤ ਦੇ ਰਾਕਟ ਮੈਨ ਯਾਦ ਰੱਖਿਓ ਇਹ ਨਾਮ ਕਾਫੀ ਫੇਮਸ ਹੈ ਭਾਰਤ ਦਾ ਰੋਕਟ ਮੈਨ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਕਿਸ ਨੂੰ ਜਾਣਿਆ ਜਾਂਦਾ ਹੈ অপਸ਼ਨ ਨੰਬਰ ਏ ਕੇਸਵਨ ਕੇਸਵਨ ਸੀ ਜੋ ਇਹ ਮਤਲਬ ਕਿ ਸਾਬਕਾ ਚੇਅਰਮੈਨ ਸੀ ਇਸਰੋਆ ਯਾਦ ਰੱਖਿਓ ਇਸਰੋਆ ਸਾਬਕਾ ਚੇਅਰਮੈਨ ਸੀ ਠੀਕ ਹੈ ਤੇ ਇਸ ਨੂੰ ਕੀ ਕਿਹਾ ਜਾਂਦਾ ਹੈ ਭਾਰਤ ਦਾ ਰੋਕਟ ਮੈਨ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਾਫੀ ਰੋਕਟ ਲਾਂਚ ਕੀਤੇ ਸੀ ਤੇ ਅੰਤਰਿਕਸ਼ ਵਿੱਚ ਭੇਜੇ ਸੀ ਤੇ ਕਈ ਵਾਰ ਇਗਜ਼ਾਮ ਵਿੱਚ ਪੱਕਾ ਪੁੱਛ ਲਿਆ ਜਾਂਦਾ ਕੁਐਸਚਨ ਵੀ ਮੌਜੂਦਾ ਚੇਅਰਮੈਨ ਕੌਣ ਹੈ ਇਸਰੋ ਦਾ ਤੇ ਯਾਦ ਰੱਖੋ ਐਸ ਸੋਮਾਥ ਹੈ ਠੀਕ ਹੈ ਐਸ ਸੋਮਨਾਥ ਹੈ ਜੋ ਕਰੰਟ ਚੇਅਰਮੈਨ ਹੈ ਉਸ ਤੋਂ ਪਹਿਲਾਂ ਕਿਹੜਾ ਸੀ ਸਤੀਸ਼ ਰੈਡੀ ਸੀ ਉਸ ਤੋਂ ਪਹਿਲਾਂ ਕੌਣ ਸੀ ਕੇਸ਼ੂਵਾਨ ਸੀ ਠੀਕ ਹੈ ਯਾਦ ਰੱਖਿਓ ਇਹ ਗੱਲ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਭਾਰਤ ਦੀ ਰੋਕਟ ਊਮਨ ਵੱਜੋਂ ਕਿਸ ਨੂੰ ਜਾਣਦਾ ਹੈ ਤਾਂ ਰਿਤੂ ਕਰਿ ਕਰਧਿਆਲ ਨਾਮ ਇੱਕ ਫੀਮੇਲ ਸਾਇੰਟਿਸਟ ਸੀ ਉਸ ਨੂੰ ਭਾਰਤ ਦੀ ਰੌਕਟ ਵੂਮਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਵੀ ਯਾਦ ਰੱਖਿਓ ਕੁਐਸਚਨ ਨੰਬਰ 13 ਦੀ ਗੱਲ ਕਰੀਏ ਭਾਰਤ ਦਾ ਮਿਜ਼ਾਈਲ ਮੈਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਮਿਜ਼ਾਈਲ ਮੈਨ ਦੀ ਗੱਲ ਆਈ ਤਾਂ ਯਾਦ ਰੱਖਿਓ ਮਿਜ਼ਾਈਲ ਮੈਨ ਕਿਸ ਨੂੰ ਕਿਹਾ ਜਾਂਦਾ ਤਾਂ ਅਬਦੁਲ ਐਪੀਜੀ ਅਬਦੁਲ ਕਲਾਮ ਨੂੰ ਕਿਹਾ ਜਾਂਦਾ ਇਸ ਦਾ ਰਾਈਟ ਆਨਸਰ ਜਿਹੜਾ ਹੋਵੇਗਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਅਬਦੁਲ ਕਲਾਮ ਕਈ ਵਾਰ ਡੀਪੀ ਪੁੱਛਿਆ ਜਾਵੇ ਤਾਂ ਐਗਜ਼ਾਮ ਵਿੱਚ ਇਹ ਕੁਐਸਚਨ ਵੀ ਬਣ ਚੁੱਕਿਆ ਹੈ ਕਿ ਅਬਦੁਲ ਗੁਲਾਮ ਹੈ ਉਹ ਭਾਰਤ ਦੇ ਕਿਹੜੇ ਨੰਬਰ ਦੇ ਰਾਸ਼ਟਰਪਤੀ ਰਹੇ ਨੇ ਤਾਂ ਯਾਦ ਰੱਖੋ 11ਵੇਂ ਨੰਬਰ ਦੇ ਰਾਸ਼ਟਰਪਤੀ ਰਹੇ ਨੇ ਤੇ ਹੁਣ ਕਰੰਟ ਅਫੇਅਰ ਵੀ ਤੁਹਾਡੇ ਤੋਂ ਇਹ ਕੁਸ਼ਨ ਪੁੱਛਿਆ ਜਾ ਸਕਦਾ ਹੈ ਕਿ ਮੌਜੂਦਾ ਰਾਸ਼ਟਰਪਤੀ ਦਾ ਨਾਮ ਕੀ ਹੈ ਭਾਰਤ ਦੇ ਕਰੰਟ ਪ੍ਰੈਜ਼ੀਡੈਂਟ ਦਾ ਨਾਮ ਕੀ ਹੈ ਤਾਂ ਦ੍ਰੋਪਤੀ ਮੁਰਮੂ ਜੋ ਕਿ ਬੈਸਟ ਬੰਗਾਲ ਦੀ ਰਹਿਣ ਵਾਲੀ ਹੈ ਹੁਣ ਮੌਜੂਦਾ ਜਿਹੜੀ ਰਾਸ਼ਟਰਪਤੀ ਬਣੀ ਹੈ ਤੇ ਦ੍ਰੋਪਤੀ ਮੁਰਮੂ ਤੋਂ ਪਹਿਲਾਂ ਕੌਣ ਸੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੀ ਉਹ ਰਿਟਾਇਰਮੈਂਟ ਹੋ ਗਿਆ ਤੇ ਉਸ ਤੋਂ ਬਾਅਦ ਕੌਣ ਬਣੀ ਹੈ ਦਰਪੁਤੀ ਮਰਮੂ ਜਿਹੜੀ ਭਾਰਤ ਦੀ ਰਾਸ਼ਟਰਪਤੀ ਬਣੀ ਹੈ ਠੀਕ ਹੈ ਸਵਾਲ ਨੰਬਰ 13 ਦੀ ਗੱਲ ਕਰੀਏ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਵਿੱਚ ਇਹ ਰਿਪੀਟ ਹੋ ਚੁੱਕਾ ਹੈ ਆਰੀਆ ਪਟ ਜੋ ਕਿ ਭਾਰਤ ਦਾ ਪਹਿਲਾ ਸੈਟੇਲਾਈਟ ਸੀ ਜੋ ਅੰਤਰਕਸ਼ ਵਿੱਚ ਭੇਜਿਆ ਸੀ ਠੀਕ ਹੈ ਜੇ ਆਰਵੀਏ ਨੇ ਭਾਰਤੀ ਆਰਵੀਏ ਨੇ ਕਿਸ ਕਰੰਸੀ ਦੇ ਨੋਟ ਉੱਪਰ ਆਰੀਆ ਪਟ ਦੀ ਫੋਟੋ ਪ੍ਰਿੰਟ ਕਰਵਾਈ ਸੀ ਕਰਵਾਈ ਹੈ ਮਤਲਬੀ ਏ ਸੀ ਵੀ ਲਾ ਲੋ ਬਦਲ ਗਈ ਹੈਵੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਤੇ ਆਪਸ਼ਨ ਨੰਬਰ ਏ 5 ਰੁਪਏ ਦਾ ਨੋਟ ਆਪਸ਼ਨ ਨੰਬਰ ਬੀ 10 ਰੁਪਏ ਦਾ ਨੋਟ ਆਪਸ਼ਨ ਨੰਬਰ ਬੀ 2 ਰੁਪਏ ਦਾ ਨੋਟ ਆਪਸ਼ਨ ਨੰਬਰ ਬੀ ਡੀ 2 ਰੁਪਏ ਦਾ ਨੋਟ ਤਾਂ ਇਹਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ 2 ਰੁਪਏ ਦੇ ਨੋਟ ਉੱਪਰ ਆ ਜਿਹੜੀ ਆ ਰਿਆ ਪੱਟ ਦੀ ਇਮੇਜ ਪ੍ਰਿੰਟ ਕਰਵਾਈ ਹੋਈ ਹੈ ਠੀਕ ਹੈ ਯਾਦ ਰੱਖਿਓ ਇਹ ਚੀਜ਼ ਕੁਐਸਚਨ ਨੰਬਰ 14 ਦੀ ਗੱਲ ਕਰੀਏ ਡੀ ਡੀ ਟੀ ਜਿਹੜੀ ਕਿ ਇੱਕ ਦਵਾਈ ਹੈ ਹਨਾ ਓਕੇ ਫਸਲਾਂ ਵਿੱਚ ਆਪਾਂ ਛਿੜਕਦੇ ਹੁੰਦੇ ਸੀ ਪਹਿਲਾਂ ਤੇ ਉਹ ਕਿਸ ਦੁਆਰਾ ਖੋਜ ਕੀਤੀ ਗਈ ਸੀ ਤੇ ਯਾਦ ਰੱਖਿਓ ਇਸ ਦਾ ਰਾਈਟ ਆਨਸਰ ਹੋਵੇਗਾ ਪੌਲ ਮਿਲਰ ਨੇ ਡੀਡੀਟੀ ਦੀ ਖੋਜ ਕੀਤੀ ਸੀ ਪਰ ਹੁਣ ਇਹ ਹੈ ਕਿ ਆਲ ਵਰਲਡ ਵਿੱਚ ਇਹ ਬੈਨ ਕਰ ਦਿੱਤੀ ਗਿਆ ਕਿਉਂਕਿ ਇਸ ਦੇ ਜਿਹੜੇ ਸਿੱਟੇ ਸੀ ਹਨਾ ਜਿਹੜੇ ਇਸ ਨੇ ਮਤਲਬ ਕਿ ਉਹ ਪ੍ਰੋਬਲਮਸ ਕ੍ਰੀਏਟ ਹੁੰਦੀ ਸੀ ਫਸਲਾਂ ਵਿੱਚ ਜਾਂਦੀ ਸੀ ਤਾਂ ਕਈ ਬਿਮਾਰੀਆਂ ਦਾ ਕਾਰਨ ਬਣਦੀ ਸੀ ਤਾਂ ਕਰਕੇ ਇਹ ਬੈਨ ਕਰ ਦਿੱਤੀ ਗਿਆ ਠੀਕ ਹੈ ਪਾਰਸ ਨੰਬਰ 15 ਦੀ ਗੱਲ ਕਰੀਏ ਪਾਰਾ ਰੋਗ ਯਾਨੀ ਪਾਰਾ ਜਾਂ ਐਗਜ਼ਾਮ ਵਿੱਚ ਥੋੜੇ ਤੋਂ ਪੁੱਛਿਆ ਜਾ ਸਕਦਾ ਮਰਕਰੀ ਜਾਂ ਪਾਰਾ ਸੇਮ ਹੀ ਗੱਲ ਹੈ ਇੰਗਲਿਸ਼ ਵਿੱਚ ਆਪਾਂ ਮਰਕਰੀ ਕਹਿੰਦੇ ਆ ਤੇ ਪੰਜਾਬੀ ਵਿੱਚ ਆਪਾਂ ਪਾਰਾ ਕਹਿੰਦੇ ਆ ਮਰਕਰੀ ਰੋਗ ਕਿਸ ਨਾਲ ਸੰਬੰਧਿਤ ਹੈ ਮਤਲਬ ਕਿ ਮਰਕਰੀ ਦੇ ਨਾਲ ਕਿਹੜਾ ਰੋਗ ਹੋ ਜਾਂਦਾ ਐਗਜ਼ਾਮ ਵਿੱਚ ਪੁੱਛਾ ਇਹ ਜਾਵੇਗਾ ਤੇ ਯਾਦ ਰੱਖੋ ਮਿਨੀ ਮਾਤਾ ਨਾਮਕ ਬਿਮਾਰੀ ਹੁੰਦੀ ਹੈ ਜਿਹੜੀ ਮਰਕਰੀ ਦੇ ਸਰੀਰ ਦੇ ਅੰਦਰ ਦਾਖਲ ਹੋਣ ਦੇ ਕਾਰਨ ਇਹ ਬਿਮਾਰੀ ਹੋ ਜਾਂਦੀ ਹੈ